हां जी दोस्तों स्वागत है जी ਤੁਹਾਡੇ ਸਾਰਿਆਂ ਦਾ ਤੁਹਾਡੇ ਆਪਣੇ YouTube ਚੈਨਲ DK Social Reply ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਹੋਵੋਗੇ। ਦੋਸਤੋ ਅੱਜ ਗੱਲ ਕਰਾਂਗੇ ਜੁਲਾਈ ਮਹੀਨੇ ਦੀ ਪੈਨਸ਼ਨ ਹੈ ਜਿਨ੍ਹਾਂ ਦਾ ਬਜ਼ੁਰਗ ਲੋਕ ਜਿਹੜਾ ਬੇਸਬਰ ਨਾਲ ਇੰਤਜ਼ਾਰ ਕਰ ਰਹੇ ਸੀ ਉਹਨਾਂ ਦਾ ਜਿਹੜਾ ਹੁਣ ਇੰਤਜ਼ਾਰ ਹੈ ਉਹ ਖਤਮ ਹੋ ਗਿਆ ਦੋਸਤੋ ਠੀਕ ਹੈ ਬੁੜਾਪਾ ਵਿਧਵਾ ਤੇ ਵਿਕਲੰਗ ਪੈਨਸ਼ਨਾਂ ਨੇ ਜਿਹੜੀਆਂ ਉਹ ਇਸ਼ੂ ਹੋ ਚੁੱਕੀਆਂ ਨੇ। ਤਕਰੀਬਨ ਜ਼ਿਲ੍ਹਿਆਂ 'ਚ ਹੋ ਚੁੱਕੀਆਂ ਨੇ ਪਰ ਜਿਹੜੇ ਮੈਂ ਜ਼ਿਲ੍ਹੇ ਹੁਣ ਤੁਹਾਨੂੰ ਦੱਸਣ ਲੱਗਾ ਉਹਨਾਂ ਵਿੱਚ ਤਕਰੀਬਨ ਹੋ ਗਏ ਨੇ ਪਰ ਇਹਨਾਂ ਵਿੱਚ ਵੀ ਕੁਝ ਰਹਿ ਗਏ ਨੇ ਤੇ ਬਾਕੀ ਜ਼ਿਲ੍ਹੇ ਤੇ ਰਹਿੰਦੇ ਨੇ ਠੀਕ ਹੈ ਤੁਹਾਨੂੰ ਦੱਸ ਦਿੰਨੇ ਆ ਕਿ ਉਸ ਤੋਂ ਪਹਿਲਾਂ ਨਾਇਆ ਭੈਣ ਭਰਾ ਨੂੰ ਬੇਨਤੀ ਹੈ ਕਿ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤੁਹਾਨੂੰ ਦੱਸ ਦਈਏ ਦੋਸਤੋ ਕਿ ਜਿਹੜੇ ਜ਼ਿਲ੍ਹੇ ਹੁਣ ਦੱਸਣ ਜਾ ਰਹੇ ਆ ਇਹਨਾਂ 'ਚ ਤਕਰੀਬਨ ਆ ਗਏ ਪਰ ਇੱਕ ਅੱਧਾ ਬਲੋਕ ਰਹਿ ਚੁੱਕਿਆ ਹੈ ਉਹਨਾਂ 'ਚ ਵੀ ਜਲਦ ਹੀ 10 ਤਰੀਕ ਤੋਂ ਪਹਿਲਾਂ ਪੈਨਸ਼ਨ ਆ ਜਾਏਗੀ ਦੋਸਤੋ ਜਿਹੜਾ ਬਠਿੰਡਾ ਜ਼ਿਲ੍ਹਾ ਇਹ ਤਕਰੀਬਨ ਇਹ 'ਚ ਪੈ ਚੁੱਕੀ ਹੈ ਸਾਰੀ ਪੈਨਸ਼ਨ ਫਰੀਦਕੋਟ ਹੋ ਗਿਆ ਜੀ ਫਿਰ ਮਾਨਸਾ ਜ਼ਿਲ੍ਹਾ ਪਟਿਆਲਾ ਸੰਗਰੂਰ ਤੇ ਤਰਨਤ ਜਿਹੜੇ ਇਹ ਜ਼ਿਲ੍ਹੇ ਨੇ तकरीबन ਦੋਸਤੋ ਇਹਨਾਂ 'ਚ ਸਾਰੀ ਪੈਨਸ਼ਨ ਆ ਚੁੱਕੀ ਹੈ ਇੱਕ ਅੱਧਾ ਬਲੋਕ ਰਹਿੰਦਾ ਹੈ ਠੀਕ ਹੈ ਇਹਨਾਂ ਵੱਲੋਂ ਜਿਹੜੀ ਖਬਰ ਆਈ ਹੈ ਦੋਸਤੋ ਜਿਹੜੇ तकरीबन ਜਿੰਨੀ ਵੀ ਪੈਨਸ਼ਨ ਹੈ तकरीबन इशੂ ਹੋ ਚੁੱਕੀ ਹੈ ਕੁਝ ਕੁਝ ਕੁ ਜਿਹੜੇ ਜ਼ਿਲ੍ਹੇ ਨੇ ਸੋਰੀ ਦੋਸਤੋ ਕੁਝ ਕੁ ਬਲੋਕ ਰਹਿੰਦੇ ਨੇ ਇਹਨਾਂ ਜ਼ਿਲ੍ਹਿਆਂ ਵਿੱਚ ਉਹ ਹਜੇ ਪਏ ਨੇ ਪੈਂਡਿੰਗ ਤੇ ਇਹਨਾਂ 'ਚ ਵੀ ਜਲਦੀ ਪੈਨਸ਼ਨ ਇਸ਼ੂ ਹੋ ਜਾਏਗੀ ਤੇ ਹੁਣ ਗੱਲ ਕਰੀਏ ਦੋਸਤੋ ਜਿਹੜੇ ਦੂਸਰੇ ਜ਼ਿਲ੍ਹੇ ਨੇ ਉਹਨਾਂ 'ਚ ਤਕਰੀਬਨ ਦੋਸਤੋ 15 15 ਤਰੀਕ ਤੋਂ ਪਹਿਲਾ ਪਹਿਲਾ ਸਾਰੇ ਪੂਰੇ ਪੰਜਾਬ 'ਚ ਪੈਨਸ਼ਨ ਪੈ ਜੇਗੀ ਤੁਹਾਨੂੰ ਦੱਸ ਦਿਆਂ ਕਿ ਜਿਹੜੀ 2500 ਪੈਨਸ਼ਨ ਹੈ ਉਹਦੇ ਲਈ ਕੀ ਕਰਨਾ ਚਾਹੀਦਾ ਦੋਸਤੋ ਉਹਰੇ ਸਾਨੂੰ ਪਹਿਲਾਂ ਵੀ ਇੱਕ ਵੀਡੀਓ ਬਣਾਈ ਸੀ ਕਈ ਕਹਿੰਦੇ ਨੇ ਜੀ ਜਿਹੜੇ ਸੀਐਸਸੀ ਵਾਲੇ ਹੋ ਗਏ ਜਾਂ ਫਿਰ ਕੋਈ ਦੂਸਰੀ ਦੁਕਾਨਦਾਰ ਗੁੱਠਾ ਲਾ ਕੇ ਪੈਸੇ ਕਢਦੇ ਨੇ ਉਹ ਲੋਕਾਂ ਨੂੰ ਗੁੰਮਰਾਹ ਕਰ ਰਹੇ ਨੇ ਕਹਿ ਰਹੇ ਨੇ ਕਿ ਤੁਹਾਡਾ 2500 ਪੈਨਸ਼ਨ ਵਾਸਤੇ ਫਾਰਮ ਭਰਨਾ ਹੈ ਉਹਨਾਂ ਤੋਂ ਪੈਸੇ ਲੈ ਰਹੇ ਕੋਈ 100 ਰੁਪਏ 50 ਰੁਪਏ 200 ਰੁਪਏ ਪਰ ਦੋਸਤੋ ਮੈਂ ਤੁਹਾਨੂੰ ਰਿਗਾਈਡ ਕਰਨਾ ਚਾਹੁੰਨਾ ਇਹੋ ਜਿਹਾ ਕੋਈ ਕੰਮ ਨਹੀਂ ਕਰਨਾ ਤੁਸੀਂ ਠੀਕ ਹੈ ਨਾ ਕਿਸੇ ਭੇਵਕ ਕਾ ਵਿੱਚ ਹੀ ਆਉਣਾ ਆ 2500 ਪੈਨਸ਼ਨ ਆਟੋਮੈਟਿਕ ਹੀ ਜਦੋਂ ਪਿੱਛੋਂ ਇਸ਼ੂ ਹੋਈ ਤੇ ਤੁਹਾਡੇ ਖਾਤੇ ਚ ਆ ਜਾਣੀ ਹੈ ਕਿਉਂਕਿ ਤੁਹਾਡਾ ਖਾਤਾ ਤੁਹਾਡਾ ਨਾਮ ਆਧਾਰ ਕਾਰਡ ਸਾਰਾ ਕੁਝ ਡਿਟੇਲ ਆਲਰੇਡੀ ਹੀ ਸਰਕਾਰ ਕੋਲ ਹੈ ਸੋ ਤੁਸੀਂ ਕਿਸੇ ਦੀ ਅਫਵਾਹ ਤੇ ਧਿਆਨ ਨਹੀਂ ਦੇਣਾ ਠੀਕ ਹੈ ਦੋਸਤੋ ਤੇ ਇਹ ਬ੍ਰੇਕਿੰਗ ਨਿਊਜ਼ ਆਈ ਸੀ ਜੁਲਾਈ ਮਹੀਨੇ ਦੀ ਪੈਨਸ਼ਨ ਹੈ ਜਿਹੜੀ ਅੱਜ ਤਕਰੀਬਨ ਆ ਚੁੱਕੀ ਹੈ ਤੁਸੀਂ ਜਾ ਕੇ ਆਪਣੀ ਕਢਵਾ ਸਕਦੇ ਹੋ ਤੇ ਜਿਨ੍ਹਾਂ ਦੀ ਨਹੀਂ ਆਈ ਉਹ ਕੁਝ ਬਲੋਕ ਰਹਿੰਦੇ ਨੇ ਉਹ 15 ਤਰੀਕ ਤੱਕ ਸਾਰਿਆਂ ਦੀ ਆ ਜਾਗੀ ਧੰਨਵਾਦ ਦੋਸਤੋ ਜੈ ਹਿੰਦ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ